this South Asian Media Group, Y Media. ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਹੋਣਾ ਦਾ ਮਾਮਲਾ ਜਿਹੜਾ ਉਹ ਵੀ ਉਹਦੀ ਸੁਣਵਾਈ ਚੱਲ ਰਹੀ ਹੈਗੀ ਆ ਅੱਜ। ਸਾਰੇ ਮਾਮਲਾ ਜਿਹੜਾ ਉਹ ਦਿੱਲੀ ਹਾਈ ਕੋਰਟ ਦੇ ਵਿੱਚ ਹੈਗਾ, ਜਿੱਥੇ ਕਿ ਅਸੀਂ ਦੱਸ ਦਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਉਹਦੇ ਖਿਲਾਫ ਜਿਹੜੀ ਹੈ ਉਹ ED ਇਹ ਸਾਰੀ ਜਿਹੜੀ ਗੱਲਬਾਤ ਉਹ ਕਰ ਰਹੀ ਹੈ। ਸੋ ਜਿੱਥੇ ED ਕਹਿ ਰਹੀ ਹੈ ਕਿ ਇਹ ਆਪਣੀ ਦਲੀਲਾਂ ਦੇ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਇਹ ਅਲੈਜਡ ਲਿਕਰ ਸਕੈਮ ਦੇ ਵਿੱਚ ਉਹ ਲਿੰਕ ਕਰ ਰਹੇ ਨੇ। ਦੂਸਰੀ ਤਰਫ ਅਸੀਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਵਕੀਲ ਕਹਿ ਰਹੇ ਨੇ ਕਿ ਸਾਰਾ ਕੁਝ ਗਲਤ ਹੈ। ਸੋ ਇਹਦੇ ਬਾਰੇ ਕਾਫੀ ਸਾਰੀਆਂ ਆਰਗੂਮੈਂਟਸ ਔਰ ਕਾਊਂਟਰ ਆਰਗੂਮੈਂਟਸ ਚੱਲ ਰਹੀਆਂ ਨੇ। ਮੈਂ ਬੜੀ ਡਿਟੇਲ ਦੇ ਵਿੱਚ ਅੱਗੇ ਚੱਲ ਕੇ ਤੁਹਾਨੂੰ ਡਿਸਕਸ ਕਰਾਂਗਾ ਕਿ ਕੀ ਕੁਝ ਅੱਜ ਅਦਾਲਤ ਦੇ ਵਿੱਚ ਹੋਇਆ। ਅਰਵਿੰਦ ਕੇਜਰੀਵਾਲ ਦਾ ਡਿਜੀਟਲ ਐਵੀਡੈਂਸ ਦੀ ਵੀ ਅੱਜ ਉੱਥੇ ਗੱਲ ਹੋਈ। ਇਲੈਕਸ਼ਨ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਅਰਵਿੰਦ ਕੇਜਰੀਵਾਲ, ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਮੋਦੀ ਸਰਕਾਰ ਹੈ ਉਹਨਾਂ ਨੂੰ ਰੋਕਣਾ ਚਾਹੁੰਦੀ ਹੈ ਕਿ ਇਲੈਕਸ਼ਨ ਹਿੱਸਾ ਨਾ ਲੈ ਸਕਣ। ਆਖਿਰਕਾਰ ED ਕੋਲ ਕਿਹੜੇ ਸਬੂਤ ਨੇ, ਅਦਾਲਤ ਪੁੱਛ ਰਹੀ ਹੈ ਕਿ ਕਿਉਂ ਇਹਨਾਂ ਨੂੰ ਰੋਕਿਆ ਜਾਏ। ਸੋ ਇਹ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹਦੇ ਬਾਰੇ ਕਿਹਾ ਜੀ ਉੱਥੇ ਗੱਲਬਾਤ ਚੱਲ ਰਹੀ ਹੈ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, Y Media.